ਲਾ ਫਿਰ ਇੱਕ ਗੇੜਾ ਹੋਰ ਬਣਾਈਏ ਤੇਰੀ ਵੀਡੀਓ ਲਾ ਗੇੜਾ ਚਲ ਠੀਕ ਹੈ ਲਓ ਭਾਈ ਇਹ ਮੁੰਡੇ ਅੱਜ ਹਿਮਾਚਲ ਪ੍ਰਦੇਸ਼ ਦੇ ਸੀਗੇ ਘੁੰਮਦੇ ਘੁੰਮਦੇ ਵਿਚਾਰੇ ਇੱਧਰ ਨੂੰ ਆ ਗਏ ਇੱਥੇ ਆ ਕੇ ਦੇਖ ਕੇ ਹੈਰਾਨ ਹੋ ਗਏ ਵੀ ਯਾਰ ਤੁਸੀਂ ਇੱਥੇ ਰਹਿੰਦੇ ਹੋ ਅਤੇ ਖੁਸ਼ੀ ਬਹੁਤ ਹੋਈ ਕਹਿੰਦੇ ਸਾਨੂੰ ਆਵਾਂਗੇ ਕਹਿੰਦੇ ਦਿਨੇ ਮੈਂ ਭਾਈ ਕੋਈ ਨਾ ਆ ਜਾਇਓ ਰਹਿਣ ਵਾਸਤੇ ਮੈਂ ਚੱਲ ਰਹਿਣ ਵਾਸਤੇ ਆ ਜਾਇਓ ਭਾਈ ਕੋਈ ਗੱਲ ਨਹੀਂ ਸਾਨੂੰ ਤਾਂ ਆਪ ਖੁਸ਼ੀ ਹੁੰਦੀ ਹੈ ਜਿਹੜਾ ਬੰਦਾ ਨੇਚਰ ਨੂੰ ਜੰਗਲ ਨੂੰ ਪਿਆਰ ਕਰਦਾ ਕੁਦਰਤ ਨੂੰ ਅਤੇ ਖੜਕਾ ਹੁੰਦਾ ਹੋਊ ਇਹਦਾ ਖੂੰਡਾ ਫੜਿਆ ਅਤੇ ਨੰਗੇ ਪੈਰ ਤੁਰਨ ਦਾ ਨਜ਼ਾਰਾ ਬਹੁਤ ਆਉਂਦਾ ਰੇਤੇ 'ਤੇ ਠੀਕ ਅਤੇ ਅੱਜ ਤੁਹਾਨੂੰ ਇੱਧਰ ਨੂੰ ਜਾਇ ਉਹਨੇ ਅੱਜ ਹੋ ਗਿਆ ਹਨੇਰਾ ਇਹ ਇੱਥੇ ਖੜ੍ਹੇ ਰਹੇ ਨੇ ਘੰਟਾ ਖੰਡ ਖੜ੍ਹੇ ਰਹੇ ਨੇ ਅਤੇ ਤਾਂ ਕਰਕੇ ਮੇਰਾ ਪਹਿਲਾ ਪਲੈਨ ਸੀਗਾ ਵੀ ਅੱਜ ਇੱਧਰ ਜੰਗਲ ਦੇ ਵਿੱਚ ਜਾ ਕੇ ਵੀਡੀਓ ਬਣਾ ਕੇ ਲਿਆਊਂਗਾ ਮੀਂਹ ਦੇਖ ਲਓ ਕਿੱਦਣ ਦਾ ਪਿਆ ਹੋਇਆ ਹਜੇ ਵੀ ਥੋੜ੍ਹਾ ਗਿੱਲਾ ਇਹ ਬਰਸਾਤੀ ਨਦੀ ਆ ਜਦੋਂ ਨਾ ਪਿੱਛੇ ਪਹਾੜਾਂ 'ਤੇ ਬਰਸਾਤ ਹੁੰਦੀ ਆ ਚਾਹੇ ਇੱਥੇ ਨਾ ਵੀ ਹੋਈ ਹੋਵੇ ਤਾਂ ਪਾਣੀ ਆ ਜਾਂਦਾ ਅਤੇ ਪਾਣੀ ਸੁਣ ਜਾਂਦਾ ਦੂਰੋਂ ਉਹ ਨਹੀਂ ਦਿਖਿਆ ਹੋਣਾ ਤੁਹਾਨੂੰ ਸ਼ਾਇਦ ਕੈਮਰਾ ਤਾਂ ਮੇਰਾ ਉੱਧਰ ਹੀ ਸੀ ਜੰਗਲੀ ਮੁਰਗਾ ਲੰਘਿਆ ਉੱਥੋਂ ਸਾਹਮਣੇ ਅਤੇ ਅੱਜ ਇੱਥੇ ਜਿਹੜੇ ਮੁੰਡੇ ਕੰਮ ਕਰਦੇ ਨੇ ਉਹ ਇੱਧਰ ਆ ਕੇ ਉਹਨੇ ਦੱਸਿਆ ਕੋਈ ਬਘੀਰਾ ਲੈਪੜ ਤੇਂਦੂਆ ਜੈਸਾ ਵਰਗਾ ਹੁੰਦਾ ਕੋਈ ਕਹਿੰਦਾ ਉਹਦੇ ਨਿਸ਼ਾਨ ਦੇਖੇ ਆ ਬਾਈ ਮੈਂ ਅਤੇ ਉਹ ਖਤਰਨਾਕ ਆ ਅਤੇ ਪੈ ਜਾਂਦਾ ਪਿੱਛੇ ਉਹ ਬੰਦਿਆਂ ਦੇ ਮੈਂ ਇੱਧਰ ਹੁਣ ਸਾਨੂੰ ਬਹੁਤ ਦਿਨ ਹੋ ਗਏ 15-20 ਦਿਨ ਹੋ ਗਏ ਕਦੇ ਗਏ ਨਹੀਂ ਅਤੇ 7 ਵਜੇ ਚੱਲੇ ਮੈਂ ਸੋਚਦਾ ਕੱਲ੍ਹ ਨੂੰ ਦਿਨੇ ਜਾਊਂਗਾ ਅੱਗੇ ਅਤੇ ਆਹ ਸਫੈਦੇ ਨੇ ਜਿਹੜੇ ਮੈਂ ਪਤਾ ਕਰਿਆ ਪੂਰਾ ਇਹ ਜੰਗਲਾਤ ਮਹਿਕਮੇ ਵਾਲਿਆਂ ਨੇ ਲਾਏ ਹੋਏ ਨੇ ਮੈਨੂੰ ਵੀ ਹੈਰਾਨ ਸੀਗਾ ਵੀ ਇਹ ਸਫੈਦੇ ਇੱਥੇ ਹੋ ਕਿਵੇਂ ਰਹੇ ਨੇ ਵੀ ਸਫੈਦਾ ਤਾਂ ਕਦੇ ਪੰਜਾਬ ਦਾ ਹੈ ਨਹੀਂ ਗਾ ਉਹ ਕੀ ਕਹਿੰਦੇ ਹੁੰਦੇ ਨੇ ਦਰਖਤ ਅਤੇ ਤੁਸੀਂ ਉੱਪਰੋਂ ਦੇਖ ਲਓ ਨਜ਼ਾਰਾ ਇਹ ਇੱਧਰ ਆ ਗਏ ਕੰਡੇ ਮਤਲਬ ਕੰਡਿਆਂ 'ਚੋਂ ਨਿਕਲਦਾ ਮੈਂ ਅਤੇ ਇਹ ਕੋਈ ਪੰਗਾ ਨਾ ਲੈ ਲਵਾਂ ਬਸ ਐਂ ਵੀ ਇੱਥੋਂ ਕੁ ਮੁੜ ਚੱਲੀਏ ਆਪਾਂ ਅਤੇ ਭਾਈ ਇਹ ਸੱਚੀ ਮਿੱਚੀ ਖਤਰਨਾਕ ਆ ਚੀਜ਼ ਅਤੇ ਇਹ ਜੰਗਲ ਆ ਇਹ ਸੱਚੀ ਮਿੱਚੀ ਅਤੇ ਮੈਂ ਕਿੰਨੇ ਖਤਰੇ ਵਿੱਚ ਜਾ ਕੇ ਵੀਡੀਓ ਬਣਾ ਰਿਹਾ ਅਤੇ ਪੈਰ ਅਤੇ ਦੇਖ ਰੱਖ ਰਿਹਾ ਮੈਂ ਪੈਰ ਇਹਦਾ ਮਤਲਬ ਇਹ ਨਹੀਂ ਵੀ ਧਰਤੀ 'ਤੇ
ਚਾਰੇ ਪਾਸੇ ਛੇ ਪਾਸੇ ਮਤਲਬ ਨਿਗਾਹ ਰੱਖਣੀ ਪੈ ਰਹੀ ਆ। ਮਾੜੀ ਜਿਹੀ ਵੀ ਕੋਈ ਹਰਕਤ ਹੁੰਦੀ ਆ ਤਾਂ ਉੱਧਰ ਨੂੰ ਧਿਆਨ ਜਾਂਦਾ ਹੀ ਜਾਂਦਾ। ਰਿਸਕ ਲੈ ਰਿਹਾ ਮੈਂ, ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਣਾ ਵੀ ਮੈਂ ਕਾਹਦਾ ਰਿਸਕ ਲੈ ਕੇ ਇਹ ਵੀਡੀਓ ਬਣਾ ਰਿਹਾ ਗਾ। ਅਤੇ ਜੇ ਕਿਸੇ ਨੂੰ ਮੇਰੀ ਗੱਲ ਲੱਗੇ ਮਜ਼ਾਕ ਤਾਂ ਕੋਈ ਨਾ ਭਾਈ, ਤੁਸੀਂ ਮਜ਼ਾਕ ਹੀ ਸਮਝ ਲਿਓ, ਪਰ ਆਪ ਨਾ ਆਇਓ ਫਿਰ। ਜੇ ਤੁਹਾਨੂੰ ਮਜ਼ਾਕ ਲੱਗਦਾ ਨਾ ਕਿਸੇ ਨੂੰ ਇਹ, ਤਾਂ ਮੇਰੀ ਇੰਨੀ ਕੁ ਬੇਨਤੀ ਜ਼ਰੂਰ ਮੰਨਿਓ ਵੀਰ ਭਾਈ ਮੇਰਾ, ਵੀ ਆਪ ਨਾ ਪੰਗਾ ਲਿਓ ਕਦੇ ਫਿਰ ਜੇ ਤੁਹਾਨੂੰ ਮੇਰਾ ਮਜ਼ਾਕ ਲੱਗ ਰਿਹਾ। ਇਸ ਟਾਈਮ ਮੇਰੇ ਕੋਲ ਕੋਈ ਵੈਪਨ ਵਗੈਰਾ ਜਾਂ ਕੁਛ ਇਹੋ ਜਿਹੀ ਚੀਜ਼ ਨਹੀਂ ਹੈਗੀ, ਅਤੇ ਇੱਦੂ ਗਾਹਾਂ ਮੈਂ ਜਾ ਨਹੀਂ ਸਕਦਾ ਖਾਲੀ ਹੱਥ, ਇੱਕ ਖੂੰਡਾ ਮੇਰੇ ਕੋਲ ਬਸ। ਠੀਕ ਹੈ ਜੀ, ਅਤੇ ਤੁਸੀਂ ਉੱਦਾਂ ਨਿਗਾਹ ਮਾਰ ਲਓ ਵੀ ਮੈਂ ਕਿੱਥੇ ਖੜਾ। ਲਓ ਜੀ ਸਾਰੇ ਪਾਸੇ ਝਾਕ ਲਓ, ਅਤੇ ਮੇਰੀ ਨਿਗਾਹ ਕੈਮਰੇ ਵੱਲ ਨਹੀਂ ਹੁੰਦੀ ਹੈਗੀ। ਜੇ ਕਿਸੇ ਨੂੰ ਲੱਗੂਗਾ ਵੀ ਮੈਂ ਵੀਡੀਓ ਬਣਾ ਰਿਹਾ ਅਤੇ ਕੈਮਰੇ 'ਚ ਝਾਕਦਾ ਹੋਊਂਗਾ, ਮੇਰੀ ਨਿਗਾਹ ਆਲੇ ਦੁਆਲੇ ਹੁੰਦੀ ਆ, ਅਤੇ ਇਹਦੇ ਵਿੱਚ ਕੋਈ ਮਜ਼ਾਕ ਨਹੀਂ ਹੈਗਾ ਜੇ ਕਿਸੇ ਨੂੰ ਲੱਗਦਾ ਹੋਊਗਾ। ਨਹੀਂ ਜੇ ਹਾਂ ਲੱਗਦਾ ਵੀ ਹੋਊਗਾ ਜੇ ਮਜ਼ਾਕ, ਤਾਂ ਭਾਈ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਤੁਸੀਂ ਸਮਝ ਲਿਓ ਮਜ਼ਾਕ, ਪਰ ਪੰਗਾ ਨਾ ਲਿਓ ਇਹ। ਤੁਹਾਨੂੰ ਮੈਂ ਇਹ ਦੱਸਦਾ ਵੀ ਆਹ ਤੁਸੀਂ ਪੈੜਾਂ ਦੇਖ ਸਕਦੇ ਹੋ ਵੀ ਆਹ ਤਾਂ ਮੇਰੀਆਂ ਨੇ ਵਿੱਚ ਨੰਗੇ ਪੈਰਾਂ, ਮੈਂ ਤੁਹਾਨੂੰ ਦਿਖਾਈ ਦਿੱਤਾ ਪਹਿਲਾਂ ਜਿਵੇਂ ਕਿ ਆਹ ਦਿਖਦੀ ਹੋਊਗੀ ਮੇਰੀ ਪੈਡ। ਆਹ ਤਾਂ ਹੈਗੀ ਆ ਨੀਲ ਗਾਏ ਦੀ, ਵਿੱਚ ਹਿਰਨਾਂ ਦੀਆਂ ਵੀ ਨੇ, ਅਤੇ ਆਹ ਨੀਲ ਗਾਏ ਦੀ ਨਹੀਂ ਹੈਗੀ ਪੈਡ। ਆਹ ਹੈਗੀ ਆ ਜੰਗਲੀ ਸੂਰ ਦੀ, ਨਹੀਂ ਸੋਰੀ ਹਾਂ ਨਹੀਂ ਨਹੀਂ ਹਾਂ ਇਹ ਹਿਰਨ ਦੀ ਆ, ਅਤੇ ਜਿਹੜੀ ਜੰਗਲੀ ਸੂਰ ਦੀ ਹੁੰਦੀ ਆ ਛੋਟੀ ਹੁੰਦੀ ਆ, ਸ਼ਾਇਦ ਜ਼ਿਆਦਾ ਵੱਡਾ ਹੋਊਗਾ ਹੋ ਵੀ ਸਕਦਾ। ਅਤੇ ਇਹਦੇ ਵਿੱਚ ਮਜ਼ਾਕ ਸਮਝਣ ਦੀ ਜਾਂ ਕੋਈ ਦੇਖ ਕੇ ਕਹੇ ਵੀ ਹਾਂ ਇਹ ਕਿੱਡੀ ਗੱਲ ਆ, ਤਾਂ ਮੇਰਾ ਵੀਰ ਭਾਈ ਜੇ ਕਿਸੇ ਨੂੰ ਮਜ਼ਾਕ ਲੱਗਦਾ ਤਾਂ ਮਜ਼ਾਕ ਹੀ ਸਮਝਿਓ ਉਹਨੂੰ, ਪਰ ਆਇਓ ਨਾ। ਮੈਂ ਵੀਡੀਓ ਬਣਾ ਰਿਹਾ, ਲਓ ਦੇਖ ਲਓ ਤੁਸੀਂ ਵੀ ਕਿਹੋ ਜਿਹੀ ਜਗ੍ਹਾ 'ਚ ਖੜ੍ਹਾ ਮੈਂ। ਇੱਦੂ ਉੱਚਾ ਜਾਣਾ ਨਹੀਂ ਕੈਮਰਾ, ਇੱਕ ਵਾਰੀ ਤੁਸੀਂ ਹੋਰ ਨਿਗਾਹ ਮਾਰ ਲਓ। ਅਤੇ ਢੱਕ ਦਾ ਦਰਖਤ ਹੈ ਜੀ ਇਹ, ਢੱਕ ਕਿਹਾ ਜਾਂਦਾ ਜਿਹਨੂੰ। ਸ਼ਾਮ ਦੇ 7 ਵੱਜ ਚੁੱਕੇ ਨੇ ਅਤੇ ਹੁਣ ਮੈਨੂੰ ਵਾਪਸ ਜਾਣਾ ਚਾਹੀਦਾ, ਬਹੁਤ ਜ਼ਿਆਦਾ ਜ਼ਰੂਰੀ ਆ ਵੀ ਚਾਨਣੇ ਚੱਬਦੇ ਟਿਕਾਣੇ 'ਤੇ ਆਪਾਂ ਵਗ ਜਾਈਏ। ਅੱਛਾ ਇੱਧਰੋਂ ਹੀ ਆਇਆ ਸੀ ਮੈਂ, ਉੱਧਰੋਂ ਹੀ ਵਾਪਸ ਜਾਂਦੇ ਹਾਂ ਫਿਰ ਆਪਾਂ। ਠੀਕ ਜੀ ਇਹ, ਅੱਛਾ ਜਾਨਵਰ ਜੇ ਦੀ ਆਵਾਜ਼ ਸੀਗੀ ਵੈਸੇ ਹੀ, ਅਤੇ ਕੀ ਕਹਿੰਦੇ ਹੁੰਦੇ ਨੇ ਆਸਾਨ ਤਾਂ ਨਹੀਂ ਅਨਕੱਟ, ਹਾਂ ਅਨਕੱਟ ਵੀਡੀਓ ਆ ਇਹ ਬਲੌਗਿੰਗ ਜਾਂ ਕੁਛ ਵੀ ਤੁਸੀਂ ਕਹਿ ਸਕਦੇ ਹੋ ਉਹਨੂੰ, ਪਰ ਭਾਈ ਮਾੜੀਆਂ ਚੀਜ਼ਾਂ ਤਾਂ ਜ਼ਰੂਰ ਆਪਾਂ ਸ਼ੇਅਰ ਕਰ ਦਿੰਦੇ ਹਾਂ,
ਤੇ ਚੰਗੀਆਂ ਨੂੰ ਜੇ ਤੁਸੀਂ ਹੱਲਾਸ਼ੇਰੀ ਦਿਓਗੇ ਤਾਂ ਤੁਹਾਨੂੰ ਹੋਰ ਜ਼ਿਆਦਾ ਵਧੀਆ ਇੱਦਾਂ ਦਾ ਆਪਾਂ ਅੱਗੇ ਜਾ ਕੇ ਵੀ ਦਿਖਾ ਦਾਂਗੇ। ਠੀਕ ਜੀ, ਅਤੇ ਹੁਣ ਮੈਂ ਮਾੜਾ ਜਿਹਾ ਬੰਦ ਕਰ ਲਾਂ ਕਿਤੇ ਫੋਨ ਮੇਰਾ ਗਰਮ ਸੋਰੀ ਫੋਨ ਕਹਿ ਤਾ ਮੈਂ ਕੈਮਰਾ ਮੇਰਾ ਗਰਮ ਨਾ ਹੋ ਜਾਵੇ ਜ਼ਿਆਦਾ, ਫਿਰ ਵੀਡੀਓ ਨਹੀਂ ਬਣਨੀ। ਓਕੇ, ਮਿਲਦੇ ਹਾਂ ਥੋੜ੍ਹਾ ਕੁ ਟਾਈਮ। ਉਹ ਅੱਗੇ ਜਾ ਕੇ ਟਾਹਲੀ ਦੇਖ ਕਿੰਨੀ ਵਧੀਆ ਖੜ੍ਹੀ ਆ, ਊਂ ਵਿੰਗੀ ਟਿੱਡੀ ਆ ਪਰ ਸੋਹਣੀ ਆ। ਲਓ ਜੀ, ਜਿਪਸੀ ਵਾਲੇ ਹਜੇ ਗਏ ਨਹੀਂ ਹੈਗੇ, ਮਤਲਬ ਲੰਬਾ ਰਸਤਾ ਕਾਫੀ, ਅਤੇ ਹਜੇ ਉੱਥੇ ਰਸਤੇ ਦੇ ਵਿੱਚ ਹੀ ਰੌਲਾ ਜਿਹਾ ਪਾ ਰਹੇ ਨੇ ਅਤੇ ਉਹਦਾ ਹੜਾਹਟ ਮੈਨੂੰ ਸੁਣਦਾ, ਇੱਥੇ ਕੈਮਰੇ 'ਚ ਨਹੀਂ ਸੁਣਦਾ ਹੁਣ। ਅੱਜ ਮੈਂ ਤੁਰਿਆ ਬਹੁਤ ਹਾਂ ਅਤੇ ਆਹ ਜਿਹੜਾ ਤੁਹਾਨੂੰ ਦਿਖਦਾ ਹੋਣਾ ਆਹ ਬੈਗ ਝੋਲਾ, ਇਹ ਹੁੰਦਾ ਗਾ ਉਹਨਾਂ ਦਾ ਜੰਗਲਾਤ ਮਹਿਕਮੇ ਵਾਲਿਆਂ ਦਾ। ਅਤੇ ਪਤਾ ਚੱਲੇ ਤੂੰ ਕੀ ਲੈਣਾ, ਉਹ ਕੀ ਪਿਆ ਥੱਲੇ, ਹੱਡ ਪਿਆ ਕਿਸੇ ਦਾ, ਕਿਸੇ ਜਾਨਵਰ ਦਾ। ਅਤੇ ਲਓ ਜੀ, ਤੁਸੀਂ ਲਓ ਜੀ, ਇਹ ਨੀਲ ਗਾਏ ਦਾ, ਠੀਕ ਹੈ, ਅਤੇ ਲਾਈਟਲੀ ਨਹੀਂ ਹੈਗੀ ਗੱਲ, ਅਤੇ ਇੱਥੇ ਸ਼ਿਕਾਰ ਹੁੰਦਾ ਵੀ ਆ ਅਤੇ ਕਰਦੇ ਵੀ ਨੇ ਜਾਨਵਰ, ਅਸੀਂ ਨਹੀਂ ਕਰਦੇ। ਪਤਾ ਬਹੁਤ ਪ੍ਰੇਮ ਨਾਲ ਰਹਿੰਦੇ ਇੱਥੇ। ਆਹ ਤਾਂ ਜੀਪ ਦੇ ਟਾਇਰ ਨੇ, ਬਾਈ ਲੈ ਕੇ ਗਿਆ ਹੋਰ, ਇਹ ਅੱਜ ਦੇ ਵੀ ਨਹੀਂ ਹੈਗੇ, ਕੱਲ੍ਹ ਦੇ ਹੋਣੇ, ਬਾਈ ਜਾ ਕੇ ਆਊ ਕੱਲ੍ਹ ਮੈਂ ਪਰਸੋਂ, ਸੋਰੀ ਕੱਲ੍ਹ ਤਾਂ ਇੱਥੇ ਸੀ ਮੈਂ, ਪਰਸੋਂ ਨਹੀਂ ਸੀਗਾ ਇੱਥੇ। ਚਲੋ ਠੀਕ ਹੈ, ਕੈਮਰਾ ਨਾ ਗਰਮ ਹੋ ਜੇ, ਉਹ ਗਾਹਾਂ ਚੱਲ ਕੇ ਬਣਾਉਂਦੇ ਹਾਂ। ਲਓ ਇੱਕ ਵਾਰੀ ਨਿਗਾਹ ਮਾਰ ਲਓ, ਆ ਰੇਤੇ 'ਤੇ ਤੁਰਨ ਦਾ ਨਜ਼ਾਰਾ ਬਹੁਤ ਆ ਰਿਹਾ ਬਾਈ, ਕੋਈ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਹੈਗਾ ਇਹਦਾ। ਕੈਮਰਾ ਤਾਂ ਛੱਡੋ, ਆ ਦੇਖਿਆ ਕੋਈ ਜਾਨਵਰ ਗਿਆ ਇੱਥੋਂ ਭੱਜ ਕੇ, ਅਤੇ ਤੁਹਾਨੂੰ ਨਹੀਂ ਸੁਣਿਆ ਹੋਣਾ ਸ਼ਾਇਦ, ਆਹ ਤਾਂ ਜਿਪਸੀ ਵਾਲਿਆਂ ਨੇ ਰੌਲਾ ਪਾਇਆ ਹੋਇਆ, ਜਗ੍ਹਾ ਪਾਇਆ ਹੋਇਆ, ਇੱਥੇ ਅਲਾਓ ਨਹੀਂ ਕਰਦੇ। ਚਲੋ ਆ ਗਏ ਤਾਂ ਕੋਈ ਗੱਲ ਨਹੀਂ, ਅਤੇ ਉਹ ਜਿਹੜਾ ਝੋਲਾ ਦੀ ਗੱਲ ਕਰਦੇ ਹਾਂ, ਦੇਖਦੇ ਹੋਵੋਗੇ ਵੀ ਹਾਂ ਇੱਥੇ ਤਾਂ ਆਮ ਲੋਕ ਆਉਂਦੇ ਨੇ, ਆਮ ਨਹੀਂ ਆਉਂਦੇ ਹੈਗੇ, ਉਹ ਵੀ ਕਦੇ ਕਦੇ ਆਉਂਦੇ ਨੇ, ਉਹ ਪਾਣੀ ਵਾਲੀ ਪੀਪੀ ਆ ਜਾਂ ਵਿੱਚ ਮਾੜਾ ਮੋਟਾ ਕੋਈ ਹੋਰ ਗਲਾਸ ਡੱਬਾ ਹੋਊਗਾ ਕੁਛ ਪਾਣੀ ਪੂਣੀ ਪੀਣ ਨੂੰ, ਲੈ ਕੇ ਉਹ ਸਾਡੇ ਤੋਂ ਜਾਂਦੇ ਨੇ ਪਾਣੀ, ਫਿਰ ਇੱਥੇ ਟੰਗ ਜਾਂਦੇ ਨੇ ਦੂਏ ਦਿਨ, ਫਿਰ ਦੂਏ ਦਿਨ ਤਾਂ ਨਹੀਂ ਆਉਂਦੇ, ਕਦੇ ਕਦੇ ਆਉਂਦੇ ਹੁੰਦੇ ਨੇ ਹਫ਼ਤੇ 'ਚ ਇੱਕ ਅੱਧੀ ਵਾਰ, ਅਤੇ ਸਾਨੂੰ ਵੀ ਚੈੱਕ ਕਰਨ ਆਉਂਦੇ ਹੁੰਦੇ ਨੇ ਵੀ ਹਾਂ ਭਾਈ ਇਹਨਾਂ ਨੇ ਕੋਈ ਗੜਬੜੀ ਤਾਂ ਨਹੀਂ ਕਰੀ, ਪਰ ਆਪਾਂ ਨਹੀਂ ਕਰਦੇ ਹੈਗੇ। ਆਹ ਇੱਥੇ ਸਲਿੱਪ ਸਲੁੱਪ ਜਿਹੇ ਮਰਵਾ ਕੇ ਗਿਆ ਹੋਇਆ ਉਹਦੇ ਜਿਪਸੀ ਦੇ, ਅਤੇ ਆਨੰਦ ਬਹੁਤ ਆਉਂਦਾ ਬਾਈ ਰੇਤੇ 'ਚ। ਅਤੇ ਇਹ ਸਾਡਾ ਪਰਸਨਲ ਆਪਦਾ ਬੀਚ ਕਹਿ ਲਓ ਇਹਨੂੰ, ਚਾਹੇ ਜੋ ਕੁਛ ਮਰਜ਼ੀ ਕਹਿ ਲਓ। ਲਓ ਇੱਧਰ ਵੀ ਨਿਗਾਹ ਮਰਵਾ ਦਿੰਦਾ ਇੱਕ ਵਾਰੀ ਮੈਂ ਮਾੜੀ ਜੀ, ਹਜੇ ਹੈਗਾ ਥੋੜ੍ਹਾ ਜਿਹਾ ਚਾਨਣਾ, ਆਹ ਫੋਨ ਆਹ ਨਾ ਗਰਮ ਹੋ ਜਾਵੇ, ਮੈਂ ਫਿਰ ਫੋਨ ਕਹੀ ਜਾਂਦਾ ਕੈਮਰਾ, ਇਹ 4K ਆ ਕੈਮਰਾ ਅਤੇ ਆ ਲਓ ਹੱਡ ਠੀਕ, ਅਤੇ 4K ਆ ਕੈਮਰਾ, ਇਹ ਛੇਤੀ
ਗਰਮ ਹੋ ਜਾਂਦਾ ਫਿਰ ਜਦੋਂ 4K ਵੀਡੀਓ ਬਣਾਉਂਦੇ ਹੋ। ਜੇ 1080 ਪਿਕਸਲ 'ਤੇ ਬਣਾਉਂਦੇ ਹੋ 60 ਫਰੇਮ 'ਤੇ ਫਿਰ ਨਹੀਂ ਛੇਤੀ ਗਰਮ ਹੁੰਦਾ। 2.7K ਬਣਾਉਂਦੇ ਹੋ 60 ਫਰੇਮ 'ਤੇ ਫਿਰ ਵੀ ਘੱਟ ਹੁੰਦਾ, ਬਟ ਜਦੋਂ 4K ਹੀ ਕਰ ਲੈਂਦੇ ਹੋ ਨਾ ਤੁਸੀਂ ਫਿਰ ਹਨੇਰੀ ਲਿਆਉਂਦਾ ਇਹ ਹੀਟ ਦੀ। ਜਿਨ੍ਹਾਂ ਨੂੰ ਕੈਮਰਿਆਂ ਬਾਰੇ ਨੌਲੇਜ ਹੋਊਗੀ ਉਹ ਮੇਰੀ ਗੱਲ ਸਮਝ ਜਾਣਗੇ। ਲਓ ਮਾਰ ਲਓ ਨਿਗਾ ਇੱਧਰ ਵੀ, ਚਲੋ ਹਨੇਰਾ ਹੋ ਚੱਲਿਆ। ਹੁਣ ਆਪਾਂ ਜਾਨਵਰ ਵੀ ਆਪਦੇ ਆਪਦੇ ਪਾਲਣਿਆਂ 'ਚ ਵੱਗ ਗਏ ਅਤੇ ਮੈਂ ਕਿਹਾ ਆਪਾਂ ਵੀ ਵੱਗ ਜਾਈਏ ਫਿਰ। ਠੀਕ ਭਾਈ, ਚਲੋ ਮਿਲਦੇ ਹਾਂ ਹੁਣ ਆਪਾਂ ਕਿਸੇ ਹੋਰ ਵੀਡੀਓ 'ਚ। ਜਦ ਤੱਕ ਲਈ ਕਰੋ ਇੰਤਜ਼ਾਰ, ਅਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਦਿਲੋਂ ਸਤਿਕਾਰ ਅਤੇ ਨਾਲ ਪਿਆਰ। ਓਕੇ ਜੀ, ਬਾਏ ਬਾਏ, ਟਾਟਾ।